ਬੁਲਾ ਕੇ ਕਿਹਾ ਫਿਰ ਉਹਦੇ ਤਹਿਤ ਇਹਨੂੰ ਸੌਂਪ ਦਿੱਤੀ ਜਾਊਗੀ। ਤਦੇ ਗੁਰੂ ਨੇ ਉਹ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲੇ ਤੋਂ ਇੱਕ ਗਿਣੀਮਿਤੀ ਛਾਜ ਦੇ ਤਹਿਤ ਚੋਰੀ ਹੋ ਗਏ ਸਨ। ਉਸ ਦੇ ਸੰਬੰਧ ਵਿੱਚ ਧਰਨੇ ਲੱਗੇ, ਮੁਜ਼ਾਹਰੇ ਹੋਏ, ਮੈਂਬਰਾਂ ਨੂੰ ਦਿੱਤੇ ਗਏ ਫਰੀਦਕੋਟ ਬੰਦ ਹੋਇਆ। ਜਦੋਂ 19 ਤੱਕ ਕੋਈ ਇਨਸਾਫ ਨਾ ਮਿਲਿਆ, ਫਿਰ ਅਸੀਂ ਪੰਥ ਨੇ ਇਕੱਠੇ ਹੋ ਕੇ ਇੱਕ 4 ਮੈਂਬਰੀ ਅਪਰ ਕਮੇਟੀ ਬਣਾਈ, ਜਿਹਦੇ ਵਿੱਚ ਮੈਂ ਜਸਕਰਨ ਸਿੰਘ ਕਾਨ ਸਿੰਘ ਵਾਲਾ, ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਅਮਰੀਕ ਸਿੰਘ ਜੀ ਜਨਾਲਾ ਸਾਹਿਬ, ਉਸ ਵੇਲੇ ਜਥੇਦਾਰ ਨਹੀਂ ਸਨ, ਅਤੇ ਗੁਰਦੀਪ ਸਿੰਘ ਬਠਿੰਡਾ, ਅਤੇ 6 ਮੈਂਬਰੀ ਜਿਹੜੀ ਲੋਅਰ ਕਮੇਟੀ ਬਣੀ ਸੀਗੀ, ਜਿਹਦੇ ਵਿੱਚ ਸੁਰਜੀਤ ਸਿੰਘ ਰਾਈਆਂ ਵਾਲਾ ਸੀ, ਜਸਵਿੰਦਰ ਸਿੰਘ ਸਾਹੋਕੇ ਸੀਗੇ, ਅਤੇ ਆਪਣੇ ਰਣਜੀਤ ਸਿੰਘ ਸੀਗਾ, ਅਤੇ ਕਹਿਣ ਤੋਂ ਭਾਵ ਉਹ 6 ਬੰਦੇ ਸੀ, ਉਹ ਕਮੇਟੀ ਸੀ। ਉਹ ਕਮੇਟੀ ਨੇ ਜਾ ਕੇ 21 ਤਰੀਕ ਨੂੰ ਬੁਰਜ ਜਵਾਹਰ ਸਿੰਘ ਵਾਲੇ 'ਤੇ ਇਨਵੈਸਟੀਗੇਸ਼ਨ ਕੀਤੀ। ਇਨਵੈਸਟੀਗੇਸ਼ਨ ਕਰਕੇ ਜਦੋਂ ਪੁਲਿਸ ਨੇ ਉਹਨਾਂ ਦੇ ਨਾਲ ਰਲ ਕੇ, ਪ੍ਰੇਮੀਆਂ ਦੇ ਨਾਲ ਰਲ ਕੇ ਸਾਡੀ ਕਮੇਟੀ ਦੇ ਨਾਲ ਮਿਸਬਿਹੇਵ ਕੀਤਾ, ਅਤੇ ਫਿਰ ਅਸੀਂ ਕਲਮਬੰਦ ਬਿਆਨ ਤਾਂ ਸਾਰੇ ਕਰ ਰਹੇ ਸੀ, ਅਸੀਂ ਸ਼ਾਂਤੀ 'ਚ ਸਾਰੇ ਰਹੇ, ਕੋਈ ਧੱਕੋ ਮੁੱਕੀ ਵੀ ਉੱਥੇ ਹੋਇਆ, ਜਸਵਿੰਦਰ ਸਿੰਘ ਨਾਲ ਵੀ ਹੋਇਆ, ਧੱਕੋ ਮੁੱਕੀ ਹੋਇਆ ਕੁਛ। ਫਿਰ ਉਸ ਤੋਂ ਬਾਅਦ ਅਸੀਂ ਕੌਮ ਨੂੰ ਕਿਹਾ ਸੀ ਕਿ ਅਸੀਂ ਰਿਪੋਰਟ 25 ਜੂਨ ਨੂੰ ਸਾਰੀ ਅਸੀਂ ਦੇਵਾਂਗੇ, ਪਰ ਉਹਦੇ ਕਰਕੇ 3 ਦਿਨ ਲੇਟ ਕਰਨੀ ਪਈ। ਅਸੀਂ ਸਾਰੇ ਆਲੇ ਦੁਆਲੇ ਇਨਵੈਸਟੀਗੇਸ਼ਨ ਕਰਕੇ ਇੱਕ ਰਿਪੋਰਟ ਜਾਰੀ ਕਰਤੀ ਕਿ ਜੇਕਰ ਤੁਸੀਂ ਇਹਨਾਂ 6 ਬੰਦਿਆਂ ਨੂੰ ਫੜ ਲੈਂਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੇ 'ਚੋਂ ਲੱਭ ਜਾਣਗੇ। ਅਤੇ 6 ਬੰਦਿਆਂ ਦੇ ਬਜਾਏ ਇੱਕ ਗੁਰੂ ਦਾ ਗ੍ਰੰਥੀ ਵੀ ਸੀ, ਉਹਨੇ ਆਖਿਆ ਵੀ ਇਹਨੇ ਦੋਸ਼ ਨਹੀਂ ਹੈਗਾ, ਇਹ ਡਰਦਾ ਦੱਸਦਾ ਹੀ ਨਹੀਂ ਗਾ, ਪ੍ਰਭਾਵ ਉਹਨਾਂ ਦਾ ਜ਼ਿਆਦਾ ਹੈ। ਅਤੇ ਫਿਰ ਕੀ ਹੋਇਆ, ਸਾਨੂੰ ਕੀ ਕਰਨਾ ਸੀ? ਉਸ ਤੋਂ ਬਾਅਦ ਫਿਰ ਅਸੀਂ ਕੀ ਕੀਤਾ, ਅਸੀਂ ਇੱਕ ਮੈਮੋਰੈਂਡਮ ਦਿੱਤਾ ਉਸ ਵੇਲੇ ਦੇ ਜਿਹੜੇ ਗਿਆਨੀ ਗੁਰਬਚਨ ਸਿੰਘ ਦਸ਼ਰਥ ਜਥੇਦਾਰ ਸੀ, ਜੋ ਅੱਜ ਨਹੀਂ ਹਨ, ਉਸ ਵੇਲੇ ਦੇ ਮੱਕੜ ਸਾਹਿਬ ਜੋ ਪ੍ਰਧਾਨ ਸੀ, ਉਹਨੇ ਇੱਕ ਮੈਮੋਰੈਂਡਮ ਦੇਤਾ, 11 ਜੁਲਾਈ ਨੂੰ ਕਿ ਭਾਈ ਆਹ ਹੈਗੀ ਆ ਰਿਪੋਰਟ ਹੈ, ਅਤੇ ਇਸ ਕਰਕੇ ਤੁਸੀਂ ਭਾਈ ਇਹਦੇ 'ਤੇ ਸਰਕਾਰ ਕਾਰਵਾਈ ਪਾਵੇ, ਦਬਾਅ ਪਾਵੇ। ਉੱਥੇ ਨਾ ਤਾਂ ਕੋਈ SGPC ਮੈਂਬਰ ਆਇਆ, ਨਾ ਕੋਈ ਆ, ਨਾ ਸਰਕਾਰ ਨੇ ਲਿਆ ਉਹ। ਫਿਰ ਰਿਪੋਰਟ ਸਾਡੀ ਬਿਲਕੁਲ ਉਹਨਾਂ ਨੇ ਜਾਰੀ ਨਾ ਕੀਤੀ। ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਅਸੀਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇੱਕ ਮੈਮੋਰੈਂਡਮ ਦਿੱਤਾ ਸਰਕਾਰ ਤੌਰ 'ਤੇ ਵੀ 22 ਤਰੀਕ ਨੂੰ ਖੰਡ ਪਾਠ ਪਸ਼ਚਾਤਾਪ ਦਾ ਆਰੰਭ ਕਰਨਾ। ਫਿਰ ਸਾਡੇ ਪ੍ਰਸ਼ਾਸਨ ਨੇ ਤਾਂ ਕੀ ਸੁਣਨੀ ਸੀ, ਉਹਨਾਂ ਨੇ ਸਾਨੂੰ ਫੜ ਲਿਆ। ਇਸ ਕਰਕੇ ਸਾਡੇ ਨਾਲ ਜਦੋਂ ਧੱਕਾ ਹੋਇਆ, ਅੱਜ ਤੱਕ ਫਿਰ ਨਾ ਤਾਂ ਸਾਡੀ CBI ਨੇ ਸੁਣੀ, ਨਾ ਸਾਡੀ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਕੀਤੀ, ਨਾ ਕੋਈ ਸਾਡੇ ਬਿਆਨ ਲਏ ਦਰਜ ਕਰਾਏ। ਅਤੇ ਹੁਣ ਸਾਨੂੰ ਜਸਟਿਸ ਰਣਜੀਤ ਸਿੰਘ ਨੇ ਅੱਜ ਬੁਲਾਇਆ ਸੀਗਾ, ਅਸੀਂ ਆਏ ਹਾਂ। ਅਸੀਂ 83 ਪੇਜ ਦੀ ਜਿਹੜੀ ਹੈ ਰਿਪੋਰਟ ਸੀ, ਜਿਹੜੀ ਕਿਸ ਦਿਨ ਤੋਂ ਕੀ ਹੋਇਆ, ਉਹ ਰਿਪੋਰਟ ਬਾਰੇ ਅਸੀਂ ਉਹਨੂੰ ਸਾਰੀ 1 ਜੂਨ ਤੋਂ ਲੈ ਕੇ ਸਾਰਾ ਕੁਛ ਦੱਸ ਦਿੱਤਾ। ਉਹਨਾਂ ਨੇ ਸਾਡੀ 15 ਤਰੀਕ ਪਾ ਦਿੱਤੀ ਹੈ ਕਿ 15 ਤਰੀਕ ਨੂੰ ਅਸੀਂ ਸਾਰੇ ਐਫੀਡੇਵਿਟ ਤਹਿਤ ਇਹ ਸਾਰੀ ਵਾਰਤਾ ਅਸੀਂ ਦੱਸਾਂਗੇ। ਸਾਨੂੰ ਉਹਨਾਂ ਨੇ ਸਾਡੀ ਗੱਲ ਬੜੇ ਗੌਰ ਨਾਲ ਸੁਣੀ, ਧਿਆਨ ਨਾਲ ਸੁਣੀ। ਸਾਨੂੰ ਉਮੀਦ ਹੈ ਕਿ ਜਿਸ ਤਰੀਕੇ ਸਾਡੀ ਗੱਲ ਸੁਣੀ ਹੈ, ਜੇ ਉਸ ਤਰੀਕੇ ਐਕਸ਼ਨ ਹੋ ਜਾਂਦਾ ਤਾਂ ਇਹ ਰਿਪੋਰਟ ਸ਼ਾਇਦ ਠੀਕ ਜਾਰੀ ਕਰ, ਪਰ ਪਤਾ ਉਦੋਂ ਲੱਗੂਗਾ ਜਦੋਂ ਲੋਕਾਂ ਦੇ ਸਾਰੇ ਸਾਹਮਣੇ ਜਿਹੜਾ ਸੱਚ ਆਇਆ ਸੀ, ਉਦੋਂ ਹੀ ਗਿਣਾਂਗੇ। ਪਰ ਉਹਨਾਂ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਹੈ। ਅਸੀਂ ਇਹ ਵੀ ਕਿਹਾ ਕਿ ਭਾਈ ਪੁਲਿਸ ਵੀ ਕਦੇ ਅਣਪਛਾਤੀ ਹੋਈ ਹੈ, ਜਦੋਂ ਗੋਲੀ ਚੱਲੀ, ਗੋਲੀ ਦੇ ਵਿੱਚ ਸਾਡੇ 2 ਸਿੰਘ ਸ਼ਹੀਦ ਕਰਤੇ, ਕੁਝ ਫੱਟੜ ਕਰ ਦਿੱਤੇ, ਅਤੇ ਫਿਰ ਅੱਗ ਵੀ ਉਹਨਾਂ ਨੇ ਆਪ ਲਾਈ ਹੈ, ਟਾਇਰ ਵੀ ਉਹਨਾਂ ਨੇ ਆਪ ਸਾੜਿਆ, ਸਾਰਾ ਕੁਛ ਉਹਨਾਂ ਨੇ ਕੀਤਾ ਹੈ। ਅਤੇ ਫਿਰ ਅਸੀਂ ਇਹ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਵੀ ਸਿੱਖਾਂ ਦੇ, ਅਤੇ ਕੁੱਟੇ ਵੀ ਸਿੱਖ, ਅਤੇ ਜੇਲ੍ਹਾਂ 'ਚ ਵੀ ਸਿੱਖ। ਅਤੇ ਫਿਰ ਜੇ ਉਹ ਕਮੇਟੀ ਨੂੰ ਉਦੋਂ ਫੜ ਲੈਂਦੇ ਤਾਂ ਫਿਰ ਕੀ ਕਰਦੇ? ਅਸੀਂ ਇਹ ਵੀ ਦੱਸਿਆ ਕਿ ਸਾਡੇ 'ਤੇ ਤਾਂ ਕੇਸ ਪਾਤੇ ਦੇਸ਼ ਧਰੋਹੀ ਦੇ, ਸਰਬੱਤ ਖਾਲਸਾ ਇਹਦੇ ਵਿੱਚੋਂ ਹੀ ਨਿਕਲਿਆ ਸੀਗਾ, ਇਸ ਜਬਰ 'ਚੋਂ ਨਿਕਲਿਆ ਸੀ। ਉੱਥੇ ਸਾਨੂੰ ਰੈਡੀਕਲ ਵੀ ਕਹਿਤਾ, ਸਾਨੂੰ ਹਾਰਡਲਾਈਨਰ ਵੀ ਕਹਿਤਾ, ਸਾਨੂੰ ਬਹੁਤ ਕੁਛ ਕਿਹਾ, ਜਾਲਾ ਕਿ ਨਾ ਤਾਂ ਅਸੀਂ ਹਾਰਡਲਾਈਨਰ, ਰੈਡੀਕਲ ਸੱਚੇ ਬੰਦੇ ਹਾਂ, ਸ਼ਾਂਤੀ ਚਾਹੁੰਦੇ। ਜੇ ਜਦੋਂ ਅਸੀਂ ਸਾਰੀ ਉਹਨਾਂ ਨੂੰ ਇਹ ਗੱਲ ਦੱਸ ਦਿੱਤੀ ਤਾਂ ਫਿਰ ਸਾਡੇ 'ਤੇ ਦੇਸ਼ ਧਰੋਹੀ ਦੇ ਪਰਚੇ, ਇੱਕ ਚੋਰੀ ਦਾ ਪਤਾ ਲੱਕੜਾਂ 'ਚੋਂ ਦੱਸੋ ਜੀ, ਇਹ ਸਾਡੇ ਸਿੰਘ ਲੱਕੜਾਂ ਚੋਰੀ ਕਰਦੇ ਆ, ਨੈਸ਼ਨਲ ਹਾਈਵੇ 'ਤੇ ਕਿਹਨੇ ਪਾਇਆ? ਉਸ ਵੇਲੇ ਦੀ ਬਾਦਲ BJP ਸਰਕਾਰ ਨੇ ਸਾਡੇ 'ਤੇ ਜਿਹੜੇ ਪਰਚੇ ਜਿਹੜੇ ਦਰਜ ਨਜਾਇਜ਼ ਕਰ ਦਿੱਤੇ। ਅਤੇ ਫਿਰ ਹੁਣ ਤੁਸੀਂ ਜੇ ਰਿਸਪੋਂਸੀਬਿਲਟੀ ਸਾਡੇ 'ਤੇ ਸੀ ਵੀ ਸਰਬੱਤ ਖਾਲਸਾ ਵਾਲਿਆਂ 'ਤੇ, ਹੁਣ ਰਿਸਪੋਂਸੀਬਿਲਟੀ ਇਹਨਾਂ 'ਤੇ ਹੈ ਜਿਹੜੇ ਮੌਜੂਦਾ ਬਾਦਲ ਸਰਕਾਰ ਸੀ, ਉਹਦੇ 'ਤੇ ਇਹ ਜਾਂਦੀ ਹੈ ਕਿਉਂਕਿ ਉਹਦੇ ਦੇ ਰਾਜ 'ਚ ਸਿੰਘ ਸ਼ਹੀਦ ਹੋਏ ਆ, ਸਮੇਤ ਸਿੰਘ ਸੈਣੀ DGP ਸੀਗਾ, ਅਤੇ ਫਿਰ ਇਹਨਾਂ ਦੇ ਉੱਤੇ ਅਤੇ ਮੌਜੂਦਾ ਬਾਦਲ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ 'ਤੇ ਵੀ ਇਹ ਜਿਹੜਾ ਪਰਚਾ ਹੈ, ਅਸੀਂ ਕਿਹਾ ਵੀ ਉਹਨਾਂ 'ਤੇ ਵੀ ਫਰਜ਼ ਬਣਦਾ।
ਦਰਜ ਕਰਨ ਦਾ ਜਿਹੜਾ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਮੁਤਾਬਕ ਰਿਸਪੋਂਸੀਬਿਲਟੀ ਉਹਨਾਂ ਦੀ ਬਣਦੀ ਅਤੇ ਅਜੇ ਤੱਕ ਬੜੇ ਧੱਕੇ ਦੇ ਨਾਲ ਫਿਰ ਅਸੀਂ 302 ਦੀ ਐੱਫ ਆਈ ਆਰ ਦਰਜ ਕਰਾਈ ਅਤੇ ਫਿਰ ਇਹ ਜਿਹੜਾ ਸਾਰਾ ਕੁਛ ਹੈ ਇਹ ਕਿਉਂ ਹੋ ਰਿਹਾ ਅਤੇ ਅਸੀਂ ਆਖਾਂ ਤਾਰ ਕਿਵੇਂ ਜੁੜਦੀ ਆ ਪਹਿਲਾਂ ਤਾਂ ਜਿਹੜਾ ਸਿਰਸੇ ਵਾਲੇ ਸਾਹਿਬ ਦਾ ਕੇਸ ਸੀ ਸੁਹਾਗ ਰਚਿਆ ਸੀ ਹੁਣ ਉਹ ਵੀ ਮਾਫ਼ੀ ਦਿੱਤੀ ਉਹਦੀ ਵੀ ਖੁਰਦਬਰਦ ਕਰਤੀ ਅਤੇ ਫਿਰ ਆਹ ਜਿਹੜਾ ਸੀਗਾ ਪਿਛੇ ਇਲੈਕਸ਼ਨ ਦੇ ਵਿੱਚ ਵੀ ਉਹਦੀ ਮਦਦ ਲਈ ਜਦੋਂ ਸਿੱਖ ਕਹੀ ਜਾ ਰਹੇ ਹੈ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਇਹ ਕਿਉਂ ਉਸ ਨੂੰ ਬਚਾ ਰਿਹਾ ਜਾ ਰਿਹਾ ਮੰਨ ਲਓ ਮੇਰੇ 'ਚ ਕੋਈ ਗਲਤੀ ਹੁੰਦੀ ਹੈ ਜਦੋਂ ਪੰਥ ਦਾ ਮਾਮਲਾ ਹੈ ਮੈਂ ਨਹੀਂ ਵੱਡਾ ਪੰਥ ਵੱਡਾ ਇਸ ਕਰਕੇ ਇਹਨਾਂ ਨੇ ਪੰਥ ਨੂੰ ਵੱਡਾ ਨਹੀਂ ਸਮਝਿਆ ਅਤੇ ਉਸ ਡੇਰੇਦਾਰ ਨੂੰ ਵੱਡਾ ਸਮਝਿਆ ਜਿਹਦੇ ਕਰਕੇ ਇਹਨਾਂ ਦੀ ਰਿਸਪੋਂਸੀਬਿਲਟੀ ਹੈ ਇਹ ਜਿਹੜੇ ਸਾਰੇ ਕੁਛ ਹੈ ਕ੍ਰਿਮੀਨਲ ਜਿਹੜੀ ਐਕਟ ਦੀ ਧਾਰਾ 201 ਹੈ ਇਹਨਾਂ 'ਤੇ 201 ਵੀ ਜਿਹੜੇ ਆਪਾਂ ਕੋਈ ਡਾਕੂਮੈਂਟ ਖੁਰਦਬਰਦ ਕਰ ਦਈਏ ਇਹ ਪਿਛਲੀ ਸਰਕਾਰ ਨੇ ਸਾਰਾ ਸਿਸਟਮ ਖੁਰਦਬਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਕਰਕੇ ਇਹਨਾਂ ਨੂੰ ਘੇਰੇ ਦੇ ਵਿੱਚ ਸਾਰਿਆਂ ਨੂੰ ਲਿਆਉਣਾ ਚਾਹੀਦਾ ਸੱਚ ਦਾ ਸੱਚ ਕਰਨਾ ਚਾਹੀਦਾ ਜਿਸ ਤਰੀਕੇ ਸਾਡੀ ਜਸਟਿਸ ਸਾਹਿਬ ਨੇ ਗੱਲ ਸੁਣੀ ਆ ਉਮੀਦ ਹੈ ਕਿ ਇਹ ਗੱਲ ਜਿਹੜੀ ਹੈ ਇਨਵੈਸਟੀਗੇਸ਼ਨ ਠੀਕ ਹੋਊਗੀ